ਮੇਲ ਚਾਹੀਦਾ ਕਿ ਫੀਮੇਲ ਚਾਹੀਦਾ ਪੱਪੀ? ਕਿੱਥੋਂ ਪਤਾ ਹੈ? ਕਿਵੇਂ ਪਤਾ? ਕਿੱਥੋਂ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਉੱਥੇ ਆਉਂਦੀਆਂ ਨੇ ਬਾਹਰਲੇ ਦੇਸ਼ੋਂ ਗਰੇਜਣਾ, ਮਤਲਬ ਗਲਾ ਗਰੇਜਣਾ ਵੀ ਰੱਖਦੀਆਂ ਨੇ ਕਤੀੜਾ। ਹਾਂ ਠੀਕ ਹੈ ਪੁੱਤ, ਮੈਂ ਕਹਿਣਾ ਤੂੰ ਤੇਰਾ ਪਿਓ ਜਾਵੇ ਨਾ ਜਾਵੇ ਮੈਂ ਪਹਿਲੇ ਆਧਾਰ ਤੇ ਕੰਮ ਕਰੂੰ, ਨਹੀਂ ਤੇਰਾ ਫਰਜ਼ ਬਣਦਾ ਸੀ ਮੈਨੂੰ ਦੱਸਣ ਦਾ, ਮੇਰਾ ਫਰਜ਼ ਬਣਦਾ ਗਾਂ ਕੰਮ ਕਰਨ ਦਾ। ਹਾਂ ਬਿਲਕੁਲ ਬਿਲਕੁਲ, ਹਾਂ ਬਾਹਲਾ ਟਾਈਮ ਨਾਲ ਆ, ਉਹ ਟ੍ਰੈਫਿਕ ਦਾ ਕੰਮ ਹੈ ਪੁੱਤ, ਲਾਈਟਾਂ ਪੈਣਗੀਆਂ ਮੂਹਰੇ, ਟਾਈਮ ਨਾਲ ਘਰ ਆ ਜਾਓ। ਹਾਂ ਠੀਕ ਹੈ, ਓਕੇ ਟੇਕ ਕੇਅਰ। ਹਾਂ ਹਾਂ ਬਸ ਠੀਕ ਹੈ, ਅੱਜ ਸੀਰੀਜ਼ ਨੂੰ ਮਾੜਾ ਜਿਹਾ ਬੰਨ ਸੁੱਬ 'ਚ ਹੀ ਰੱਖੀ, ਇਹਨੂੰ ਬੋਲਣ ਦਾ ਪਤਾ ਨਹੀਂ ਇੱਥੇ ਕਿਤੇ ਥਾਪੜੇ ਖਾਲੇ ਬਾਜ਼ਾਰ 'ਚ ਕਿਸੇ ਤੋਂ, ਇਹ ਐਡੇ ਸ਼ਹਿਰ 'ਚ ਕਿੱਥੇ ਗਿਆ ਇਹ, ਇਹਦਾ ਇੱਥੇ ਹੀ ਨੇ ਪੰਜਾਂ ਵਾਲੇ। ਠੀਕ ਆ ਚੰਗਾ ਠੀਕ ਆ, ਹਾਂ ਹਾਂ ਲੈ ਮਾਂ ਜਮਾਂ ਡੱਕ ਦੇਣਾ ਮਾਨਾ, ਚੰਗਾ ਓਕੇ ਓਕੇ ਓਕੇ। ਲੈ ਭਾਈ ਹੋ ਜਾ ਕਾਮਯਾਬ, ਹੈ ਕਾਮਯਾਬ ਹੋ ਜਾ ਕਾਮਯਾਬ ਹੀ ਆ ਕਾਮਯਾਬ ਨੂੰ ਆਪਾਂ ਕੀ ਦੱਸਣਾ, ਉਮਰ ਦਾ ਉਹ ਆਪਾਂ ਤਾਂ ਮੁੰਡੇ ਦਾ ਆ ਗਿਆ ਫੋਨ, ਹੈ ਸੰਦੀਪ ਦਾ, ਹੈ ਉਹ ਕਹਿੰਦਾ ਵੀ ਘਰੇ ਵਗ ਜਾਓ ਭਾਈ, ਆਪਾਂ ਨੂੰ ਘਰੇ ਜਾਣਾ ਪਊ। ਪਟਿਆਲੇ ਕਾਰੋਬਾਰ ਕੀਤੀ ਮਰੂਦ ਵੇਚਣ ਲਾ ਦੇ, ਕਹਿੰਦਾ ਪੱਟੇ ਹੋਏ ਜਲਸੇ ਦੇ ਔਲੇ ਵਿੱਚ ਦੇ ਕੰਮ ਤੂੰ ਕਰਾਏਗਾ। ਗੱਲ ਤਾਂ ਬਸ ਇਹ ਆ ਵੀ ਕੰਮ ਕਰਦਾ ਰਹੀ, ਕਹਿੰਦਾ ਮੇਰਾ ਲਹੂ ਇਹਨਾਂ ਜਿਹਦਾ ਲਾਲ ਤਾਂ ਮਰੂਦ ਨੇ ਜਾਵਾ, ਕੀ ਅੰਤ ਹੈ ਜਿੰਦਾ ਤਾਂ ਲਾਇਆ ਲਾ ਕੇ ਜਿੰਦਾ।
ਘਰੇ ਜਾ ਕੇ ਹਜੇ ਨਹੀਂ ਪਤਾ ਸੰਨੀ ਕਰੇ ਸਾਲ ਦਾ ਪੇਗ ਲਵੜਾ ਸੀਗਾ ਮਗਰ ਹੋਰੀ ਨੂੰ ਮਗਲੈਲ ਜੀ ਤੂੰ ਬੰਦ ਕਰ ਲਿਆ ਕਰ ਹੋਰੀ ਸਿਆਪਾ ਕਰਤਾ ਹੁਣ ਜਾ ਕੇ ਤੂੜੀ ਚ ਮਾਰਦਾ ਪੂ ਮੱਥਾ ਹੋਰ ਹੁਣ ਆ ਜਾ ਹੈਲੋ ਹਾਂ ਮਗਰੀ ਹਾਏ ਕਿਹੜੀ ਬਰੀਡ ਹੈ ਕਾਚਰ ਪਾਲਮਾ ਉਹ ਇੱਕ ਹੋਰ ਵੀ ਹੁੰਦੀ ਇਹਦੇ ਨਾਲ ਦੀ ਟੋਏ ਕਾਚਰ ਪਤਾ ਨਹੀਂ ਓਏ ਉਹ ਤੋਂ ਕੀ ਕਰਾਏਗਾ ਤੂੰ ਇੱਕ ਹੋਰ ਖੜਾ ਮੇਰੇ ਲਵੇ ਹਸਕੀ ਹਸਕੀ ਲੀਲੀ ਅੱਖਾਂ ਵਾਲਾ ਜਮਾ ਬਹੁਤ ਸੋਹਣਾ ਕੁੱਤਾ ਬਹੁਤ ਸੋਹਣਾ ਬੱਪੀ ਹੈ ਗੱਲਾਂ ਹੀ ਛੱਡ ਦੇ ਹਾਏ ਨਾ ਪੱਪੀ ਹੈ ਛੋਟਾ ਹੈ ਮੱਚ ਗਈ ਬਈ ਤੈਨੂੰ ਸ਼ਰਮ ਲੈ ਜੀ ਪਹਿਲਾਂ ਹੈ ਪਤਾ ਨਹੀਂ ਕਿਹਨੂੰ ਕਹੀ ਜਾਂਦਾ ਨਾ ਨਾ ਲੈ ਜੀ ਕੋਈ ਨਹੀਂ ਪੱਪੀ ਹੈਗਾ ਲੈ ਜੀ ਨਹੀਂ ਮੈਂ ਮਰ ਗਈ ਨਹੀਂ ਹਾਂ ਲੈ ਜੀ ਪੱਪੀ ਜਦੋਂ ਮਰਜ਼ੀ ਲੈ ਜੀ ਪੱਪੀ ਤਾਂ ਹੈਗਾ ਹਾਂ ਕੋਈ ਨਾ ਮਗਰੀ ਠੀਕ ਹੈ ਬਾਈ ਠੀਕ ਹੈ ਠੀਕ ਹਾਂ ਹਸਕੀ ਹੋਈ ਆ ਹਸਕੀ ਹਾਂ ਠੀਕ ਹੈ ਜੀ ਚੱਜ ਦੇ ਉਤਰ ਲਿਆ ਕਰ ਹਾਏ ਆ ਬਿੰਦੇ ਬਿੰਦੇ ਉਹੀ ਗੱਲ ਕਹੀ ਜਾਂਦਾ ਹੈ ਜਿਹੜੀ ਮੇਰੇ ਮੂੰਹੋਂ ਨਿਕਲਦੀ ਹੈ ਕੀ ਹੋ ਗਿਆ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦੀ ਰਹਿਣ ਦੇ ਚੱਜ ਦੇ ਨਾਂ ਰੱਖ ਲਿਆ ਕਰ ਕੁੱਤੇ ਕੁੱਤੀਆਂ ਦੇ ਕੀ ਹੋ ਗਿਆ ਮੇਰੀ ਗੱਲ ਸੁਣ ਲਓ ਭੈਣ ਜੀ ਤੁਸੀਂ ਬੇਵਜ੍ਹਾ ਮੈਨੂੰ ਉਹੀ ਕੁੱਟੀ ਜਾਂਦੇ ਹੋ ਦੇੜ ਦੇਣੇ ਮਾਰ ਆ ਕੀ ਹੈ ਨਾ ਦੇੜ ਦੇਣੇ ਮਾਰਾ ਨਾ ਸ਼ਰਮ ਤਾਂ ਤੇਰੀ ਲੈ ਗਈ ਆ ਬਿੰਦਕ ਮਗਰੋਂ ਮੋੜ ਕੇ ਉਹੀ ਗੱਲ ਹਾਂ ਮੇਰੇ ਕੰਨ ਕਿੰਨੇ ਕੁ ਵਾਰੀ ਸੁਣ ਗਏ ਸ਼ਰਮ ਤਾਂ ਮੈਨੂੰ ਆਉਂਦੀ ਹੈ ਉਹ ਭੈਣ ਜੀ ਮੈਂ ਤੁਹਾਨੂੰ ਪਹਿਲਾਂ ਮੇਰੀ ਗੱਲ ਸੁਣੋ ਜ਼ਮਾਨਾ ਮਾਡਰਨ ਹੋ ਗਿਆ ਪੜ੍ਹੇ ਲਿਖਿਆਂ ਦਾ ਜ਼ਮਾਨਾ ਵੀ ਹੋ ਗਿਆ ਹੋਇਆ ਜੀ ਹਾਂ ਜੀ ਮੈਂ ਵੀ ਹੋ ਗਿਆ ਦੇਖੋ ਜਿਹੜਾ ਤਾਂ ਐਡਾ ਕੁ ਹੁੰਦਾ ਨਾ ਐਡਾ ਕੁ ਉਹਨੂੰ ਪੱਪੀ ਬੋਲਦੇ ਨੇ ਨਹੀਂ ਮੈਂ ਮਰ ਗਈ ਨਹੀਂ ਬੇ ਕੋਈ ਹੋਰ ਨਾ ਰੱਖ ਲੈ ਮੇਰੇ ਹੁੰਦੇ ਤਾਂ ਨਾ ਕਹੇ ਹੋਰ ਕੀ ਹੁਣ ਉਹਨੂੰ ਐ ਗੁਰਜੀਵਨ ਕਹਿੰਦਾ ਉਹ ਜਿਹੜਾ ਪੱਪੀ ਉਹਨੂੰ ਪੱਪੀ ਹੋਈ ਕਹੂੰਗਾ ਉਹੀ ਮਰੀ ਜਾਂਦੇ ਉਹ ਭੈਣ ਜੀ ਗੱਲ ਨਹੀਂ ਬਾਤ ਨਹੀਂ ਜਿਵੇਂ ਕੁਛ ਪਤਾ ਹੀ ਨਹੀਂ ਹੁੰਦਾ ਹੈਗਾ ਪਤਾ ਤਾਂ ਮੈਨੂੰ ਸਾਰਾ ਹੀ ਹੈ ਤੇਰੇ ਲੱਛਣਾਂ ਦਾ ਪਤਾ ਮੈਨੂੰ ਤੂੰ ਕੀ ਲੱਛਣ ਕਰਦਾ ਫਿਰਦਾ ਹੈ ਤੇਰੀ ਬੋਲੀ ਕੀ ਹੈ ਇਹ ਵੀ ਮੈਨੂੰ ਪਤਾ ਹੈ ਬੰਦਾ ਸਾਲਾ ਕਰੇ ਤਾਂ ਕਰੇ ਕੀ ਜੇ ਕੋਈ ਕੰਮ ਧੰਦਾ ਕਰਦੇ ਆ ਫੇਰ ਮਾੜੇ ਜੇ ਵਿਹਲੇ ਬਹਿਨੇ ਆ ਫੇਰ ਮਾੜੇ ਜੇ ਤੁਹਾਡੇ ਕੋਲ ਉਰੇ ਆਉਣਾ ਮੈਂ ਤਾਂ ਮਾੜਾ ਜੇ ਕਿਸੇ ਨੂੰ ਮੋਟਰਸਾਈਕਲ ਤੇ ਛੱਡਿਆ ਮੈਂ ਤਾਂ ਮਾੜਾ ਤੁਸੀਂ ਮੈਨੂੰ ਐਂ ਦੱਸੋ ਵੀ ਮੈਂ ਕਰਾਂ ਕੀ ਕਰਨਾ ਕੀ ਹੈ ਮੇਰੀ ਗੱਲ ਸੁਣ ਇੱਕ ਤਾਂ ਜਨਾਨੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਨਾ ਛੱਡ ਕੇ ਆਇਆ ਕਰ ਇੱਕ ਆ ਜਿਹੜਾ ਕਸੂਤਾਂ ਨਾਲ ਲੈਣਾ ਹੈ ਕੁੱਤੀ ਦਾ ਇਹ ਨਾ ਲਿਆ ਕਰ ਮੇਰੀ ਗੱਲ ਸੁਣ ਲਓ ਇਹ ਤਾਂ ਚਲੋ ਛੱਡੋ ਜੇ ਮੈਂ ਹੁਣ ਕਿਸੇ ਜਨਾਨੀ ਨੂੰ ਬਿਠਾ ਕੇ ਕੋਈ ਕਿਸੇ ਦੀ ਹੈਲਪ ਕਰਤੀ ਅੰਗਰੇਜ਼ੀ 'ਚ ਪਰ ਮੈਂ ਮਾੜਾ ਹੋ ਗਿਆ ਫਿਰ ਮੈਨੂੰ ਕਿਹੜਾ ਹੱਥ ਪਾਜੂ ਐ ਨਹੀਂ ਕੋਈ ਹੱਥ ਪਾਜੂ ਜਿਹਨੇ ਕਰਨਾ ਕਰ ਲੈ ਮੈਂ ਤੈਨੂੰ ਭੋਰਾ ਰੋਕਦੀ ਤੂੰ ਤਾਂ ਪੁੱਠਾ ਚੱਲੇਗਾ ਸਿੱਧਾ ਤਾਂ ਚੱਲਣਾ ਹੀ ਨਹੀਂ ਸਿੱਧਾ ਹੀ ਚੱਲਦਾ ਹੋਰ ਕੀ ਮੈਂ ਮੇਰੇ ਛੱਡਦਾ ਤਾਂ ਬੈਕ ਗੇਅਰ ਪਾ ਕੇ ਲੈ ਬੈਕ ਗੇਅਰ ਪਾ ਬੈਕ ਗੇਅਰ ਤਾਂ ਜਿੱਦੇ ਤੇਰਾ ਪਤਾ ਕਿਸੇ ਨੂੰ ਤੈਨੂੰ ਉਹਦੇ ਲੱਗੂ ਪਤਾ ਉਹ ਤਾਂ ਸਮਾਂ ਹੀ ਦੱਸੂਗਾ ਹਲੇ ਤੇਰਾ ਪਿਆ ਨਹੀਂ ਬੈਕ ਗੇਅਰ ਉਹ ਤਾਂ ਸਮਾਂ ਦੱਸੂਗਾ ਕੋਈ ਨਹੀਂ ਕੋਈ ਹੱਥ ਪਾਉ ਮੈਨੂੰ ਨਾ ਦੇਖ ਲਈ ਦੇਖ ਲਈ ਕਿਹੜਾ ਐਡਾ ਵੱਡਾ ਬੈਲੀ ਅਣਖੀ ਅਣਖੀ ਯੋਧਾ ਆ ਗਿਆ ਵੱਡਾ ਨਾਬਰ ਬਣਿਆ ਫਿਰਦਾ ਗੱਲਾਂ ਦੇਖ ਕਰਦਾ ਉਰੇ ਸਾਲਾ ਪਿਆਰ ਨਾਲ ਉਹ ਤਾਂ ਵੀ ਗਾਲਾਂ ਖਾਣੀਆਂ ਪੈਂਦੀਆਂ ਨੇ ਹਾਏ ਮੈਨੂੰ ਐ ਦੱਸੋ ਹੁਣ ਉਹ ਕੋਈ ਬੰਦਾ ਆਊਗਾ ਕਿ ਨਹੀਂ ਆਊਗਾ ਮੈਂ ਮਿਲ ਕੇ ਵਗ ਜੂਗਾ ਕੋਈ ਨਹੀਂ ਆਉਂਦਾ ਆਪੋ ਆਪਦੇ ਕੰਮ ਧੰਦੇ ਗਏ ਹੋਏ ਨੇਗੇ ਹੈ ਨਾ ਕੋਈ ਆਉਣ ਦਾ ਕਿਸੇ ਦਾ ਟਾਈਮ ਆਥਣ ਤੜਕੇ ਬੰਦੇ ਘਰੇ ਹੁੰਦੇ ਨੇ ਦੁਪਹਿਰੇ ਸਭ ਕੰਮਾਂ ਤੇ ਲੱਗੇ ਹੁੰਦੇ ਚੱਲ ਫਿਰ ਮੈਂ ਦਿੱਲੀ ਤੋਂ ਆਥਣ ਤੜਕੀ ਆਉਂਗਾ ਕੋਈ ਨਹੀਂ ਮੈਂ ਮਹਿਲਾ ਹੋ ਕੇ ਇੱਧਰ ਹੀ ਆ ਜਾਊਂਗਾ ਕੋਈ ਚੱਕਰ ਨਹੀਂ ਨਾ ਮੈਨੂੰ ਐ ਦੱਸ ਪੁੱਠੀ ਗਿਣਤੀ ਗਿਣਦਾ ਹੈ ਮਹਿਲਾ ਚੌਂਕਾਂ ਤੋਂ ਤੂੰ ਪਸੌਰ ਨਹੀਂ ਜਾਵੇਂਗਾ ਉੱਧਰ ਤੇਰਾ ਪਿੰਡ ਨੇੜੇ ਹੈ ਇੱਧਰ ਕੀ ਕਰਨ ਆਏਗਾ ਮੈਂ ਦਿੱਲੀ ਤੋਂ ਆਏ ਤਾਂ ਫਿਰ ਤਾਂ ਮੈਨੂੰ ਮਹਿਲਾ ਆਉਣ ਦੀ ਲੋੜ ਨਹੀਂ ਮੈਂ ਤਾਂ ਪਾਤਲਾ ਤੋਂ ਸਿੱਧਾ ਪਸੌਰ ਜਾਊਂਗਾ ਬਸ ਫਿਰ ਠੀਕ ਹੈ ਇੱਧਰ ਕੀ ਲੈਣ ਆਏਗਾ ਮਿਲਦੇ ਆਊਂਗਾ ਮੇਰੀ ਰਿਸ਼ਤੇਦਾਰੀ ਹੋ ਰਹੇ ਹੁਣ ਤਾਂ ਕਹਿ ਘਰਾਂ ਨਾਲ ਰਿਸ਼ਤੇਦਾਰੀ ਹੋ ਗਈ ਸੁੱਖ ਨਾਲ ਮੇਰੀ ਹੈ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੂੰ ਨਹੀਂ ਹਟਦਾ ਕਰਨੈਲੂ ਮਿਲੇ ਬਿਨਾਂ ਮਿਲਨੀ ਹਾਂ ਮੈਨੂੰ ਪਤਾ ਹੀ ਹੈ ਤੂੰ ਕਰਨੈਲੂ ਕਾਹਤੋਂ ਮਿਲਦਾ ਹੈ ਤੇਰਾ ਸਾਰਾ ਪਤਾ ਹੈ ਹਾਂ ਜੀ ਬਸ ਮੈਂ ਮਿਲ ਕੇ ਜਾਣਾ ਉਹੀ ਗੱਲ ਹੈ ਕਿ ਜਿਹੜੀ ਚੀਜ਼ ਉਹ ਸੰਭਾਲਦਾ ਤੈਨੂੰ ਉਹ ਮੇਰੇ ਕੋਲੇ ਹੈ ਹੀ ਨਹੀਂ
ਹੈਲੋ ਹਾਂਜੀ, ਕਿੱਥੇ ਗਏ ਮੁੰਸ਼ੀ? ਜੈ ਹਿੰਦ, ਕਿੱਥੇ ਗਏ ਹੋ ਤੇ ਕੀ ਸਮਾਚਾਰ ਹੈ? ਤੁਸੀਂ ਜਿਵੇਂ ਵੀ ਹੁੰਦਾ ਨਾ, ਬੰਦੇ ਬੁੜੀਆਂ ਜੋ ਵੀ ਤੁਹਾਨੂੰ ਮਿਲਦਾ ਚੱਕ ਕੇ ਲਿਆਓ, ਉਸ ਤੋਂ ਬਹੁਤ ਸਖਤ ਆਰਡਰ ਹੈ। ਮੈਂ ਤੈਨੂੰ ਉਹੀ ਕਹਿ ਰਿਹਾ, ਉਸ ਤੋਂ ਬਹੁਤ ਸਖਤ ਆਰਡਰ ਹੈ ਵੋਟਾਂ ਕਰਕੇ, ਤੇ ਜਿਹੜਾ ਵੀ ਤੈਨੂੰ ਬੰਦਾ ਮਿਲਦਾ, ਬੁੜੀ ਮਿਲਦਾ, ਸਾਰਿਆਂ ਨੂੰ ਚੱਕ ਲਿਓ, ਬਸ ਛੇਤੀ ਆ ਜਾਓ ਸਾਰੇ ਲੈ ਕੇ। ਠੀਕ ਹੈ, ਓਕੇ। ਬੜਾ ਲਹੂ ਪੀਤਾ ਇਹਨਾਂ ਨੇ। ਵਰਮਨ ਜੀ, ਤੇਰੀ ਮਾਂ ਠੀਕ ਆ? ਹਾਂ ਠੀਕ ਆ ਚਾਚੀ। ਚੱਲ ਭਾਈ, ਠੀਕ ਹੀ ਚਾਹੀਦੇ। ਉਹ ਵੀ ਵਿਚਾਰੀ ਹੁਣ ਗੋਡੇ ਜੇ ਕਹਿੰਦੀ ਸੀ, ਮੇਰੇ ਬਾਲੇ ਦੁਖਦੇ ਨੇਗੇ। ਹਾਂ ਹਾਂ ਚਾਚੀ, ਇੱਕ ਮੈਂ ਲਾਂਬਾ ਲੈ ਕੇ ਆਇਆ ਸੀਗਾ, ਕਾਕੇ ਹੋਰੀ ਆਪਣੇ ਖੇਤ, ਉੱਥੇ ਦਾਰੂ ਦੂਰੂ ਪੀ ਕੇ ਖਾਸਾ ਖਲਾਰਾ ਪਾ ਕੇ ਆਏ ਨੇ, ਚੀਜ਼ਾਂ ਚੂਜ਼ਾਂ ਤੋੜਿਆ ਏ, ਅਤੇ ਉੱਥੇ ਮੋਟਰ ਕਦੇ ਚਲਾ ਦਿਆ ਕਰਨ, ਕਦੇ ਬੰਦ ਕਰ ਦਿਆ ਕਰਨ, ਇੱਕਦਮ ਮੋਟਰ ਮਚਿਆ ਏ। ਲੈ ਦੇਖ ਲੈ। ਅਤੇ ਕਾਫੀ ਮੁੰਡੇ ਤੀ ਉੱਥੇ, ਖਾਸਾ ਕੁਛ ਕਰਕੇ ਆਏ ਨੇ ਰਾਤ। ਬੇ ਮਨਜੀਤ ਪੁੱਤ, ਕਾਹਨੂੰ ਪੁੱਛਦਾ ਹੀ ਨੇ, ਤਾਂ ਮੈਂ ਤਾਂ ਪਾ ਰੱਖੀ ਹਾਂ ਕਾਕੇ ਨੇ, ਰੁੜ ਜਾਣਾ ਹੀ ਨਹੀਂ, ਪਤਾ ਕਿੱਧਰ ਤਾਂ ਗਿਆ ਕਿੱਧਰ ਨਾ, ਨਾਲੇ ਉਹਨੂੰ ਚੰਗਾ ਭਲਾ ਪਤਾ ਵੀ ਮੇਰੀ ਤਾਈ ਬਿਮਾਰ ਹੈ। ਹੈਂ, ਮੈਂ ਵੀ ਕਿਹਾ ਸੀ, ਮੈਂ ਕਿਹਾ ਚੱਲ ਹੁਣ ਪਿੰਡ 'ਚ ਦਵਾਈ ਲਈ ਜਾਂਦੇ ਹਾਂਗੇ, ਫਿਰ ਵੀ ਫਰਕ ਹੁੰਦਾ, ਮੈਂ ਕਿਹਾ ਸ਼ਹਿਰ 'ਚ ਜਾ ਕੇ ਆਪਾਂ ਕੋਈ ਟੈਸਟ ਟੂਸਟ ਕਰਾ ਲਾਂਗੇ। ਕਿਹੜਾ ਪੈਸੇ ਲੈ ਕੇ ਨਿਕਲ ਗਿਆ, ਮੁੜ ਕੇ ਆਉਂਦਾ ਨਹੀਂ, ਕਰਦਾ ਨਹੀਂ, ਪਤਾ ਨਹੀਂ ਕੀ ਤਾਂ ਕਰਦਾ ਕੀ ਨਹੀਂ ਕਰਦਾ, ਇਹ ਜਵਾਕ ਜੇ ਨੇ ਵੀ ਮੈਨੂੰ ਤਾਂ ਦੁੱਖ ਦੇ ਰੱਖਿਆ ਗਾ। ਚਾਚੀ, ਖੇਤ ਵੀ ਉਦੋਂ ਜਾਂਦਾ ਹੈ ਜਦੋਂ ਅਸੀਂ ਹੁੰਦੇ ਨਹੀਂ, ਪਤਾ ਨਹੀਂ ਕਿਸੇ ਨੂੰ ਪਤਾ ਕਰਦਾ ਹੈ ਵੀ ਉਹ ਖੇਤ ਨਹੀਂ ਹੈਗੇ, ਇੱਕ ਇਕੱਲਾ ਨਹੀਂ ਹੁੰਦਾ, 8-9 ਜਣੇ ਹੁੰਦੇ ਨੇ ਉਹ, ਉੱਥੇ ਫਿਰ ਖਾਸਾ ਖਰੂ ਪਾ ਕੇ ਆਉਂਦੇ, ਗੰਦ ਪਾ ਕੇ ਆਉਂਦੇ ਨੇ, ਭੰਨ ਤੋੜ ਵੀ ਕਰਦੇ ਨੇਗੇ। ਵੇ ਮਨਜੀਤ ਪੁੱਤ, ਤੁਹਾਡੇ 'ਚ ਨਹੀਂ ਕਣਕ ਅੰਡਾ ਕੱਢਣ ਪਾਉਣ ਨੂੰ, ਜਦੋਂ ਤੁਹਾਨੂੰ ਪਤਾ ਹੈ ਵੀ ਉਹ ਤੁਹਾਡੇ ਮਗਰੋਂ ਜਾਂਦਾ, ਇੱਕ ਤਾਂ ਨਿਗਰਾਨੀ 'ਤੇ ਬਹਿ ਜਾਓ, ਗਿੱਟੇ ਤੋੜ ਦਿਓ ਮੇਰੇ ਪਿਓ ਦੇ ਸਾਲੇ ਦੇ, ਨਾਲੇ ਜਿਹੜੇ ਮਲੰਗ ਉਹਦੇ ਨਾਲ ਹੋਰ ਹੁੰਦੇ ਨੇ ਨਛੇੜੀ ਜੇ, ਉਹਨਾਂ ਦੇ ਗਿੱਟੇ ਭੰਨੋ, ਫਿਰ ਹਟੂਗਾ ਉਹ ਖੇਤ ਜਾਣੋ। ਚਾਚੀ ਚਲੋ, ਉਹ ਤਾਂ ਠੀਕ ਹੈ, ਅਤੇ ਮੈਨੂੰ ਤਾਂ ਪਤਾ ਲੱਗਿਆ ਸੀ ਵੀ ਤੁਸੀਂ ਬਿਮਾਰ ਹੋਗੇ, ਅਤੇ ਮੈਂ ਤਾਂ ਪਤਾ ਜਿਹਾ ਲੈਣ ਆਈ ਸੀ, ਅਤੇ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਦੱਸ ਦਿਆ ਕਰੋ, ਕੰਮ ਧੰਦਾ ਕਰਾਉਣਾ ਤਾਂ ਮੇਰੀ ਬੀਬੀ ਨੂੰ ਭੇਜ ਦਿਆ ਕਰੂੰ, ਜਾਂ ਕੋਈ ਚੀਜ਼ ਲਿਆਉਣੀ ਹੁੰਦੀ ਹੈ ਤਾਂ ਮੈਂ ਲੈ ਦਿਆ ਕਰੂੰ। ਚੱਲ ਕੋਈ ਨਾ ਪੁੱਤ, ਊਂ ਤਾਂ ਮੈਂ ਹੁਣ ਪਹਿਲਾਂ ਨਾਲੋਂ ਠੀਕ ਹਾਂ, ਫਰਕ ਹੈਗਾ ਮੈਨੂੰ, ਪਹਿਲਾਂ ਆਪਣੀ ਉਹ ਨਾਲ ਦੀ ਗੁਆਂਢਣ ਆ ਜਾਂਦੀ ਸੀ ਉਹ, ਠੀਕ ਹੈਗੀ ਹੈ, ਦੇਖ ਇੱਧਰਲੀ, ਅਤੇ ਹੁਣ ਉਹ 2-3 ਦਿਨ ਹੋ ਗਏ ਪਿੰਡ ਗਈ ਹੋਈ ਹੈ, ਉਹਦੀ ਮਾਂ ਜੀ ਬਿਮਾਰ। ਚੱਲ ਵਿਚਾਰੀ ਨੇ ਮੇਰਾ 3-4 ਦਿਨ ਵਧੀਆ ਸਾਰਾ ਸਾਰਤਾ, ਕੋਈ ਗੱਲ ਨਹੀਂ, ਜੇ ਕੋਈ ਲੋੜ ਹੋਈ ਤਾਂ ਮੈਂ ਤੈਨੂੰ ਦੱਸ ਦੂੰਗੀ, ਨਹੀਂ ਫੋਨ ਕਰ ਦੂੰਗੀ, ਅਤੇ ਨਾਲੇ ਐਂ ਕਰੀ ਪੁੱਤ, ਜੇ ਤੈਨੂੰ ਕਾਕਾ ਮਿਲਿਆ ਉਹਨਾਂ ਭਰਾ, ਉਹਨੂੰ ਘਰੇ ਭੇਜੀ, ਠੀਕ ਚੰਗਾ, ਹੋਰ 4-5 ਹਜ਼ਾਰ ਰੁਪਇਆ ਲੈ ਗਿਆ ਤੀ ਜੇਬ 'ਚ ਪਾ ਕੇ, ਮੁੜ ਕੇ ਨਹੀਂ ਆਇਆ, ਮੈਨੂੰ ਆਇਆ, ਚੱਲ ਪੈਸਿਆਂ ਦਾ ਤਾਂ ਕੋਈ ਉਹ ਨਹੀਂ ਹੈਗਾ, ਊਂ ਹੀ ਨਾਲ ਨਸ਼ੇ ਪੱਤੇ ਲੱਗ ਜੇ, ਤੈਨੂੰ ਪਤੀ ਹੈ ਅੱਜ ਕੱਲ੍ਹ ਦੇ ਜਵਾਕਾਂ ਦਾ, ਭੇਜੀ ਉਹਨੂੰ ਕਹਿ ਦੇ, ਠੀਕ, ਚਾਹ ਪਾਣੀ ਲਿਆਵਾਂ ਬਣਾ ਕੇ, ਬਸ ਜੀ, ਹਾਂ ਚੱਲ ਠੀਕ ਹੈ ਪੁੱਤ। ਲੈ ਦੇਖ ਲੈ, ਇਹ ਵੀ ਵਿਚਾਰਾ ਆ ਗਿਆ, ਇਹਨੂੰ ਪਤਾ ਲੱਗ ਗਿਆ ਵੀ ਚਾਚੀ ਬਿਮਾਰ ਹੈ, ਇੱਕ ਉਹ ਪਤਾ ਨਹੀਂ ਕਿੱਧਰ ਤੱਕ ਗਏ ਹੈ ਕਿੱਧਰ ਨਾ, ਮੁੰਡੇ ਜੇ ਦਾ ਕੋਈ ਪਤਾ ਨਹੀਂ, ਤਾਂ ਹੀ ਤਾਂ ਇਹਦੀ ਘਰੇ ਨਹੀਂ ਇੱਜ਼ਤ ਕਰਦਾ ਕੋਈ, ਕਦੇ ਨਹੀਂ ਉਹਦੀ ਮਾਂ ਬਾਪ ਨੇ ਐਂ ਪੁੱਛਿਆ ਹੈਗਾ ਵੀ ਸਾਡਾ ਮੁੰਡਾ ਕਿੱਥੇ ਹੈ, ਕੀ ਤਾਂ ਕਰਦਾ ਕੀ ਨਹੀਂ ਕਰਦਾ, ਇਹੋ ਜਿਹੀ ਚੰਦਰੀ ਲਾਦ ਤੋਂ ਕਿਸੇ ਨੇ ਕੀ ਕਰਾਉਣਾ, ਇਹ ਰੱਬਾ ਜੇ ਦੇਵੇਂ ਲਾਦ ਚੱਜ ਦੀ ਦੇਵੇਂ, ਨਹੀਂ ਇਹੋ ਜਿਹੀ ਨਾਲ ਤਾਂ ਊਂ ਚੰਗਾ। ਗੱਲ ਤਾਂ ਐਂ ਆ ਵੀ ਉਹਦਾ ਕੀ ਮਤਲਬ ਭਾਈ ਮੈਨੂੰ ਖੇਤ ਜਾਂਦੇ ਨੂੰ ਰੋਕਣ ਦਾ, ਖੇਤ ਦੇ ਪਹੀ ਕਰਨੈਲ ਨੂੰ ਜਾਂਦੀ ਆ, ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉੱਥੇ, ਮੈਂ ਆਪਦੇ ਖੇਤ ਚੱਲੀ, ਉਹ ਕਹਿੰਦਾ ਹਾਂ ਹਾਂ ਤੂੰ ਇੱਥੇ ਕੀ ਕਰਨ ਆ। ਰਾਮਾ ਦਾ ਨਾ ਪੂਰਾ ਕੁੱਤੇ ਦਾ ਵੱਢਿਆ ਹੋਇਆ, ਅੱਜ ਮੈਂ ਵੀ ਕਰਨੈਲ ਤਾਂ ਕਿ ਮੈਨੂੰ ਥੋੜ੍ਹਾ ਜਿਹਾ ਕੰਮ ਤੀ, ਮੈਂ ਬੁਲਾ ਲਿਆ ਵਿੱਚ ਟੰਗਾ ਹੀ ਡਾਈ ਗਿਆ, ਫਿਰ ਕਾਹਨੂੰ ਕਰਨੈਲ ਰਾਹ ਦਿੰਦਾ ਕਿਸੇ ਨੂੰ,
ਕਦੇ ਨਹੀਂ ਰਾਹ ਦਿੰਦਾ ਜਦੋਂ ਰਾਮਾ ਨਾਲ ਹੋਵੇ। ਇਹ ਰਾਮਾ ਨਾ ਬੂਜੀ ਤੇ ਫੂਸ ਪਾਉਂਦਾ, ਮਰਨਾ ਇਹ ਪੂਰਾ। ਮੈਂ ਤਾਂ ਇੰਨਾ ਮਣਕਿਆ ਪਿਆ ਨਾ, ਚਿੱਤ ਤਾਂ ਕਰਦਾ ਸੀ ਵੀ ਘਰੇ ਲਾਂਬਾ ਦੇ ਕੇ ਆਵਾਂ। ਮੈਂ ਚੱਲਦੀ ਹਾਂ ਤੇਰੇ ਨਾਲ, ਆਪਾਂ ਚੱਲਦੇ ਹਾਂ ਸੀਬੋ ਕੋਲੇ। ਬਸ ਕਰਨੀ ਕੀ ਲਾਂਬਾ ਦੇਣ ਜਾਣਾ, ਉਹਨੂੰ ਵੱਡੇ ਮੂੰਹ ਵਾਲੀ ਨੂੰ ਬੋਲਣ ਦੀ ਅਕਲ ਨਹੀਂ, ਚਾਰੇ ਚੱਕੇ ਪੈ ਜਾਂਦੀ ਆ। ਫਿਰ ਜੋ ਕੋਈ ਸੁਣ ਲੈਂਦਾ ਫਿਰ ਅਗਲਾ ਕਹਿ ਦਿੰਦਾ ਇਹ ਤਾਂ ਸਿਆਣੀ ਬਿਆਣੀ ਆ, ਤੁਹਾਨੂੰ ਤਾਂ ਮਾੜੀ ਮੋਟੀ ਅਕਲ ਹੈਗੀ ਆ, ਤੁਸੀਂ ਕਿਉਂ ਬੋਲਦੇ ਹੋਗੇ। ਮੈਂ ਤਾਂ ਹੁਣ ਇਹ ਸੋਚਿਆ ਗਾ ਸੱਚ। ਹਾਂ ਤੈਨੂੰ ਇੱਕ ਗੱਲ ਦੱਸਣੀ ਤੀ, ਨਾਜਰ ਆਇਆ ਤੀ ਅੱਜ। ਨਾਜਰ ਆ ਗਿਆ? ਕਾਹਨੂੰ ਆਇਆ? ਮੈਨੂੰ ਰਾਹ 'ਚ ਮਿਲ ਗਿਆ। ਕਿੱਥੇ? ਖੇਤਾਂ ਆਉਂਦੀ ਨੂੰ, ਮੈਨੂੰ ਘਰੇ ਛੱਡ ਗਿਆ। ਮੈਂ ਮਰਨੇ ਨੂੰ ਵੜਿਆ ਕੇ ਭੇਜਿਆ ਵੀ ਜਾ ਉਹਨਾਂ ਦੇ ਜਾਇਆ 10 ਮਿੰਟ, ਨਹੀਂ ਉਹ ਤਾਂ ਜੇ ਉਹਨੂੰ ਪਤਾ ਲੱਗ ਗਿਆ ਮਹਾਂ ਚਾਰੇ ਚੱਕ ਪੈ ਜੂਗੀ ਮੇਰੇ ਮਗਰ ਵੀ। ਹਾਂ ਸਾਡੇ ਰਿਸ਼ਤੇਦਾਰਾਂ ਨੂੰ ਲਈ ਫਿਰਦੀਆਂ ਨੇ। ਨਾ ਨਾਜਰ ਹੁਣ ਇੱਥੇ ਆਊਗਾ ਦੁਬਾਰੇ? ਨਹੀਂ ਮੈਨੂੰ ਕੀ ਪਤਾ, ਮੈਂ ਉਹ ਚਾਹੇ ਜਿਵੇਂ ਮਰਜ਼ੀ ਤੀ ਤੇਰੀ ਗੱਲ ਵਿਚਾਲਿਆ, ਨਾਜਰ ਐਂ ਨਹੀਂ ਤੀ ਕਰਦਾ ਰਾਮੇ ਵਾਂਗੂ। ਇਹ ਤਾਂ ਬਾਹਲੀ ਬਦਤਮੀਜ਼ ਆ, ਆਇਲ ਬੋਕ ਜਿਹਨੂੰ ਨਾ ਬੋਲਣ ਦੀ ਅਕਲ ਨਾ ਵਾਸਤਾ, ਵਿੱਚ ਟੰਗਾ ਡਾਈ ਜਾਊਗਾ। ਇਹਦੇ ਨਾਲ ਤਾਂ ਉਹ ਕੰਮ ਕਰੇ ਅਖੇ ਟੋਆ ਤਾਂ ਕਿਸੇ ਹੋਰ ਵਾਸਤੇ ਪੱਟੇ ਸਿੱਟੇ ਨੂੰ ਮਰਨੇ ਨੂੰ। ਇਹ ਤਾਂ ਬਾਹਲਾ ਮੈਨੂੰ ਤਾਂ ਬਹੁਤ ਬੁਰਾ ਲੱਗਦਾ। ਮੈਂ ਤੈਨੂੰ ਐਂ ਕਹਿੰਦੀ ਹਾਂ ਕੋਈ ਹੱਲ ਕਰ ਰਾਮੇ ਦਾ। ਇਹ ਬਣਿਆ ਫਿਰਦਾ ਕਰਨੈਲ ਦੇ ਨੱਕ ਦਾ ਵਾਲ, ਕਰਨੈਲ ਤਾਂ ਸਾਹ ਲੈਂਦਾ ਤਾਂ ਇਹਨੂੰ ਨਾਲ। ਮੈਨੂੰ ਐਂ ਲੱਗਦਾ ਵੀ ਹੁਣ ਇਹਨੂੰ ਤਾਰੇ ਦਿਖਾਉਣੀ ਪੈਣੀ। ਹਾਂ ਇਹਦਾ ਘਰ ਕੋਈ ਹੱਲ ਐ ਨਹੀਂ ਹਟਦਾ ਹੈਗਾ ਇਹ, ਇਹਨੂੰ ਇਹਨੂੰ ਘਰੇ ਬਿਠਾਉਣਾ ਪਊਗਾ। ਨਹੀਂ ਮੰਮੀ ਐ ਤੂੰ ਘਰੇ ਵੀ ਵੜ ਜਾ ਕਰ, ਮੈਨੂੰ ਚਾਬੀ ਦੇ ਦੇ ਨਾਲ, ਮੈਂ ਫੋਨ ਫੋਨ ਦੇਖਣਾ। ਹਾਏ ਨਹੀਂ ਮੇਰਾ ਲੈਟ ਲਾ ਕੇ ਜਾਂਦੀ ਨਹੀਂ, ਮੈਂ ਤਾਂ ਚਾਹ ਬਣਾ ਕੇ ਦੇ। ਚੱਲ ਗੱਲ ਤਾਂ ਸੁਣ ਜਾ ਹੁਣ, ਫੇਰ ਆਉਂਗੇ ਪੁੱਤ ਨੂੰ ਚਾਹ ਦੇ ਦਾ ਬਣਾ ਕੇ। ਚੱਲ ਪਰੌਂਠਾ ਬਣਾ ਕੇ ਦਿੰਦੇ ਆ ਮੁੰਡੇ ਨੂੰ। ਆਹ ਤਾਂ ਵਿਚਾਲੀ ਕਰ ਗਈ ਗੱਲ, ਮੈਨੂੰ ਤਾਂ ਮਾਸਾ ਸਵਾਦ ਜਿਹਾ ਮਿਲਿਆ ਤੀ ਆ ਗੱਲ ਦਾ ਵੀ ਰਾਮਾ ਨਿਕਲੇ ਕਿਸੇ ਪਾਸੇ। ਪਲੇਗ ਦੇ ਜਾਣੇ ਨੇ ਤਾਂ ਕੋਈ ਨਾ, ਮੈਂ ਵੀ ਲੈਣੀ ਆ ਜਾੜ ਥੱਲੇ। ਜ਼ਿਆਦਾ ਵੱਡਾ ਬਣਿਆ ਫਿਰਦਾ ਇਹ, ਕਿੱਧਰੋਂ ਕਹੂੰਦਾ। ਲੱਗ ਰਹੇ ਰਾਮੇ? ਹਾਂ ਜੀ। ਸੰਨੀ ਰਲਾਤੀ? ਹਾਂ ਜੀ। ਪਾਣੀ? ਪਾਣੀ ਵੀ ਪਿਆ ਕੀ ਹਟਿਆ ਜੀ, ਤੁਸੀਂ ਪੀਣਾ ਤੁਹਾਨੂੰ ਪਿਆ ਦਿੰਦਾ। ਬੇ ਮੈਂ ਤਾਂ ਪੀ ਫਿਰਦੀ ਆ। ਹਾਂ ਆਹ ਚਾਰਜ ਪਟਣ ਵਾਲਾ ਦੀ ਉਹ ਵੀ ਪਟ ਲੈਂਦਾ ਜੀ। ਉਹ ਵੀ ਪਟ ਲਿਆ? ਹਾਂ ਜੀ। ਹੋਰ ਕੋਈ ਡੈਰੀ ਚੱਕ ਲਿਆ? ਉਹ ਤੇ ਲਿਖਿਆ ਤੂੰ ਮੈਨੂੰ ਸਾਰਾ ਕੁਛ ਡੈਰੀ ਤੇ ਲਿਖਿਆ ਤਾਂ ਬਥੇਰਾ ਕੁਛ। ਹਾਂ ਫਿਰ ਤੂੰ ਐਂ ਕਰੀ ਸੰਨੀ ਜੀ ਇਹਨਾਂ ਨੂੰ ਦੁਬਾਰੇ ਹੋਰ ਲਾ ਕੇ ਨਾ। ਅੱਛਾ ਬਾਲਟੀ ਚੱਕੀ ਧਾਰ ਚੋਲੀ ਠੀਕ ਹੈ ਜੀ, ਦੁੱਧ ਮੈਨੂੰ ਫੜਾ ਦੀ ਮੈਂ ਸਾਂਭ ਦੂੰ। ਠੀਕ ਹੈ ਐਂ ਕਰਿਓ ਫਿਰ, ਦੁੱਧ ਪੇਟੀ ਪੂਟੀ 'ਚ ਰੱਖ ਦਿਓ ਅੰਦਰ, ਚੰਗਾ? ਹੋਰ ਨਹੀਂ ਸੰਦੂਕ 'ਚ ਰੱਖ ਦਿਓ, ਸਾਂਭ ਦਿਓ ਵਧੀਆ। ਕਦੇ ਐਂ ਵੀ ਕਹਿ ਲਿਆ ਕਰ ਰਾਮਾ ਦੁੱਧ ਦਾ ਡੋਲੂ ਭਰੇ ਪਏ ਵੀ ਲੈ ਜਾ ਭਾਈ, ਇਕੱਲਾ ਇਕੱਲਾ ਆਪਾਂ ਤੂੰ ਲੈ ਫੜਾ ਦਿਆ ਕਰ ਕਦੇ ਵੀ। ਹਾਂ ਵੇ ਇੰਨੇ ਪੈਸੇ ਦੇਣੇ ਨੇ ਡੇਰੀ ਵਾਲੇ ਦੇ, ਐ ਪਹਿਲਾਂ ਐਡਵਾਂਸ ਫੜੀ ਬੈਠੇ। ਮੇਰਾ ਮੇਰਾ ਸਾਰਾ ਪੂਰਾ ਕਰੂੰਗੀ ਮੇਰਾ ਪੈਸਾ ਦਾ, ਕਿੰਨਾ ਮੇਰੇ ਦੇਣਾ ਪਾ? ਇਹ ਕੀ ਪੰਜਾਬ ਹੈ, ਮੇਰਾ ਮੇਰਾ ਸਾਰਾ ਪੈਸਾ ਦਾ ਹਿਸਾਬ ਹੀ ਨਹੀਂ ਕੋਈ, ਕਿੰਨੇ ਹੀ ਖਪਲਾ ਕਿੰਨੇ ਹੀ ਕਰਨਾ, ਮੇਰਾ ਪੈਸਾ ਦਾ ਕੋਈ ਹਿਸਾਬ ਨਹੀਂ। ਤੇਰਾ ਹਿਸਾਬ ਦਾ ਕਰਨੈਲ ਨਾਲ ਹੈ, ਤੂੰ ਕਰ ਨਾ ਕਰ। ਇਹ ਤਾਂ ਡੇਰੀ 'ਚੋਂ ਪੈਸੇ ਦਿਨ ਚੋਕਰ ਵਾਸਤੇ ਫੜੇ ਹੋਏ ਨੇ, ਉਹ ਪੂਰੇ ਵੀ ਕਰਨੇ ਨੇ, ਹੁਣ ਆਹ ਡੋਲੂ ਭਰ ਕੇ ਕਿਵੇਂ ਪੂਰਾ ਪਟੂਗਾ। ਸਹੀ ਗੱਲ ਹੈ ਬਾਈ, ਹੋਰ ਤੁਹਾਡੇ ਦੁੱਧ ਥੋੜਾ ਹੈ ਵਿਚਾਰੇ, ਗਰੀਬ ਹੀ ਹੋ ਤੁਸੀਂ ਤਾਂ ਆਪ ਮਥਾਂ ਟਾਈਮ ਪਾਸ ਕਰ ਦਿਓ, ਢਿੱਡ ਬੰਨ ਕੇ ਕਿ ਨਹੀਂ ਕਿਲੋ 2 ਕਿਲੋ ਦੁੱਧ। ਮੈਂ ਕਹਿੰਦਾ ਧਾਰਨਾ ਜਾਂ ਡੋਲੂ 'ਚ ਚੋਵੋਗੇ ਫਿਰ ਤੁਸੀਂ ਜਿਹੜਾ ਮੈਨੂੰ ਭਰੋਗੇ, ਬਾਲਟੀ ਵਾਲਾ ਤਾਂ ਫਿਰ ਹੋਣਾ ਨਹੀਂ ਦੁੱਧ ਨਾ। ਬੇ ਬਾਲਟੀ 'ਚੋਣਿਆ ਰੋਜ਼ ਆ। ਹਾਂ ਬਾਲਟੀ 'ਚ ਚੋਣਾ ਅੱਜ ਵੀ, ਬਾਲਟੀ ਤਾਂ ਮਾਰ ਦਿਆ ਲੱਦ ਕੇ, ਨੀਤਾਂ ਬਿਨਾਂ ਕੁਛ ਨਹੀਂ ਹੈਗਾ। ਠੀਕ ਹੈ ਕੰਮ ਨੂੰ ਤਾਂ ਮੇਰੇ ਸੜਦਾ, ਆਹ ਵੀ ਕਰਦੇ ਆਹ ਵੀ ਕਰਦੇ ਆਹ ਵੀ ਕਰਦੇ, ਦੇਖਦੇ ਕੱਚੀ ਰੱਸੀ ਪਿਆਦੇ ਬੈਠੇ ਪੀੜ ਲਈ ਕਾਹਨੂੰ। ਹੱਦ ਹੋ ਰਹੀ ਹੈ, 24 ਘੰਟੇ ਇੱਥੇ ਹੀ ਖਾਂਦਾ, ਇੱਥੇ ਹੀ ਬੋਲਦਾ, ਸ਼ਰਮ ਤਾਂ ਤੈਨੂੰ ਨਹੀਂ ਰਹੀ? ਕੁੱਤੇ ਖਾਣੀ ਕਰਾ ਕੇ ਖਾਧਾ, ਕੀ ਖਾਧਾ ਜਰਾ ਇਹ ਖਾਣ ਜੋ ਕੀ ਖਾਣਾ ਹੈ? ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਏਡਾ ਵੱਡਾ ਅਹਿਸਾਨ ਕਰੋਗੇ ਮੇਰੇ ਤੇ, ਬਹੁਤ ਵੱਡਾ ਉਪਰਾਲਾ ਤੁਹਾਡਾ, ਇਹ ਬਹੁਤ ਜ਼ਿਆਦਾ ਵੱਡਾ ਡਬਲ ਉਪਰਾਲਾ ਕਹਿ ਸਕਦੇ ਆ। ਬੇ ਮੈਨੂੰ ਤੇਰੇ ਜਿੰਨੀਆਂ ਗੱਲਾਂ ਨਹੀਂ ਆਉਂਦੀਆਂ, ਮੇਰਾ ਦੁਖਦਾ ਸਿਰ, ਮੈਂ ਤਾਂ ਬਿਮਾਰ ਆ, ਜ਼ਿਆਦਾ ਗੱਲਾਂ ਕਰਨੈਲ ਨਾਲ ਮਾਰਿਆ ਕਰ। ਬੋਲਿਆ ਜਾਂਦਾ ਨਹੀਂ ਨਾ, ਬੋਲਦਾ ਪਹਿਲੇ ਤੈਨੂੰ ਘਟਾ ਹੈ।
ਮੱਥਦਾ ਕਰਿਆ ਪੈਗਾ ਮੈਂ ਧਾਰ ਦਾ ਟਾਈਮ ਹੋ ਗਿਆ ਮੈਨੂੰ ਕਾਲ ਕਰਦੀ ਮੈਂ ਬਾਹਰੀ ਬੈਠਾ ਚੱਲ ਚੰਗਾ ਹੈਂ ਚੰਗਾ ਸਮਾਰ ਕੇ ਝੋਲੀ ਅੱਧਾ ਦੁੱਧ ਥਾਣਾ ਜਾਣਾ ਛੱਡਦੀ ਕਿਤੇ ਤੂੰ ਹੀ ਝੋਲੀ ਭਾਈ ਫਿਰ ਮੈਂ ਤਾਂ ਰਾਖੀ ਤੇ ਖੜ ਜੂ ਲੈ ਫਿਰ ਤੈਨੂੰ ਕਾਸ਼ ਨੂੰ ਕਹਾਂ ਜਿਵੇਂ ਤਾਂ ਬੈਠਿਆ ਜਾਵੇ ਗੋਡੇ ਤਾਂ ਮੇਰੇ ਤੁਰਦੇ ਨਹੀਂ ਹੈਗੇ ਕਮਾਲ ਕਰਦਾ ਜਿਹਦੇ ਬਿਆਹ ਤਾਂ ਬਥੇਰੇ ਦੂਪੇ ਮਾਰਦੀ ਤੀ ਐਂ ਕਰਕੇ ਉਹ ਤਾਂ ਕਹਿੰਦੀ ਨੱਚਦੀਆਂ ਅੱਲਣਾ ਕੁਮਾਰੀਆਂ ਉਹ ਤਾਂ ਬਥੇਰੇ ਦੂਪੇ ਮਾਰਦੀ ਤੀ ਹੁਣ ਤਾਂ ਤੁਰਿਆ ਨਹੀਂ ਜਾਂਦਾ ਨਾ ਬੈਠਿਆ ਜਾਵੇ ਵਿਆਹਾਂ 'ਚ ਮੇਰੇ ਸਾਲਿਆਂ ਨੂੰ ਪਤਾ ਨਹੀਂ ਕੀ ਹੁੰਦਾ ਸਿਆਣਿਆਂ ਦੇ ਕਹਾਵਤ ਕਹਿੰਦਾ ਗਧਾ ਸਵਾਹ 'ਚ ਤੀਵੀਂ ਵਿਆਹ 'ਚ ਇਹ ਮਸਤ ਹੁੰਦੀ ਹੈ ਕੁਛ ਦੁਖਦਾ ਹੋਵੇ ਵਿਆਹ 'ਚ ਜਰਕ ਦੇਣੇ ਡੀ ਜੇ ਵਾਲੇ ਕੋਲ ਜਰਕ ਦੇਣੇ ਡੀ ਜੇ ਵਾਲਿਆਂ ਕੋਲ ਇਹ ਕਿਹੜੀ ਬਰੀਡ ਹੋਈ ਮੜਾ ਸਮਾਰ ਕੇ ਫੋਟੋ ਭੇਜ ਕਿਹੜਾ ਪੀਸ ਹੈ ਇਹ ਕਿਹੜੀ ਨਸਲ ਹੈ ਕਿੰਨੇ ਕ ਦਾ ਮਿਲ ਜੂਗਾ ਇਹ ਭੇਜਤਾ ਪੱਪੀ ਪੱਪੀ ਕੀ ਹੋਏ ਤੈ ਪੱਪੀ ਲੈਣਾ ਪੱਪੀ ਤਾਂ ਲੈਣਾ ਕਿ ਪੀਸ ਤਾਂ ਦਿਖਾ ਦੇ ਕੀ ਆ ਉਹ ਪੱਪੀ ਮੈਨੂੰ ਐਂ ਦੱਸ ਜੇ ਤਾਂ ਇਹਦੇ 'ਚ ਲੈਣਾ ਤਾਂ ਦੱਸ ਹੈਂ ਮੇਲ ਚਾਹੀਦਾ ਕਿ ਫੀਮੇਲ ਚਾਹੀਦਾ ਪੱਪੀ ਵਾਓ ਕਿੱਥੋਂ ਆ ਬੰਦਾ ਹੈਂ ਕਿਵੇਂ ਬੰਦਾ ਕਿੱਥੋਂ ਆ ਬੰਦਾ ਕਿਹੜਾ ਆਹ ਤਾਂ ਚੱਲ ਤੂੰ ਆਪ ਹੀ ਤਾਂ ਕਹੀ ਜਾਂਦਾ ਹੈਗਾ ਪਸੌਰ ਤੋਂ ਮੈਂ ਤਾਂ ਮੇਰਾ ਸਾਲ ਕਿਹੜਾ ਤੂੰ ਪਾਸ ਦਾਲੇ ਕਰੇ ਜੀ ਪੀਸ ਪਾਸ ਕੀ ਵੀ ਕੁੱਤੇ ਦੀ ਗੱਲ ਕਰਦਾ ਮੈਂ ਪੱਤਰ ਫਟੇ ਨੂੰ ਤੇਰੇ ਬਹਨ ਨਾਲੇ ਤਾਂ ਕੱਜਰ ਦਾ ਪੀਸਾ ਦੀ ਫੋਟੋ ਮਗਾਈ ਜਾਂਦਾ ਸੀ ਬਾ ਪਤਾ ਨਹੀਂ ਕਿਹੜਾ ਹੈਗਾ ਪੀਸ ਪਾਸ ਕੋਈ ਪੀਸ ਮੇਰਾ ਸਾਲਕਣੇ ਉਹੀ ਪੀਸ ਦੀ ਗੱਲ ਕਰਦਾ ਵੀ ਪੀਸ ਮਤਲਬ ਆਈਟਮ ਆਈਟਮ ਫਿਰ ਮੈਂ ਤਾਂ ਤੀਵੀਂ ਦੀ ਗੱਲ ਕਰਦਾ ਕਾਹਨੂੰ ਮੈਥੋਂ ਤੂੰ ਪੰਜਾਬੀ 'ਚ ਖਾਏਗਾ ਮੁੜ ਕੁੜ ਕੇ ਗੱਲ ਸਾਲੀ ਤੀਵੀਂ 'ਤੇ ਕਿਉਂ ਰੱਖਦਾ ਯਾਰ ਤੈਨੂੰ ਪਤਾ ਨਹੀਂ ਹੈਗਾ ਵੀ ਮੈਂ ਕੁੱਤਿਆਂ ਬਿੱਲਿਆਂ ਦਾ ਵਪਾਰ ਕਰਦਾ ਮੇਰਾ ਸਾਲੇ ਫਿਰ ਮੈਂ ਤਾਂ ਬੰਦਾ ਮੈਂ ਤਾਂ ਤੀਵੀਂ ਦੀ ਗੱਲ ਰੱਖੂ ਕਮਾਲ ਕਰਦਾ ਯਾਰ ਹੁਣ ਮੈਂ ਤਾਂ ਜਿਹੜਾ ਕਿੱਤਾ ਕਰਦਾ ਫਿਰ ਉਸੇ ਦੀ ਗੱਲ ਕਰੂੰਗਾ ਨਾ ਮੈਂ ਤਾਂ ਬਿਜ਼ਨਸ ਦੀ ਡੀਲ ਕਰ ਰਿਹਾ ਕਿਸੇ ਬੰਦੇ ਨਾਲ ਤਾਂ ਬੰਦੀ ਤੂੰ ਤਾਂ ਦੂਜਾ ਹੈਗਾ ਡਾਜਰਾ ਤੂੰ ਤਾਂ ਉਹ ਵੀ ਕੁੱਤੇ ਪਕਾਈ ਵਾਰੀ ਇਹਦਾ ਕੁੱਤੇ ਕੰਮ 'ਚ ਵੜ ਗਿਆ ਤੂੰ ਦੂਜੇ ਮੈਨੂੰ ਤਾਂ ਇਹ ਸੀ ਬਾਹਰ ਕਿਤੇ ਤੂੰ ਕੀ ਕੋਈ ਵੀ ਪੀਸ ਦੀ ਗੱਲ ਕਰਦਾ ਕੋਈ ਬੰਦੇ ਦੀ ਫੋਟੋ ਆ ਤੈਨੂੰ ਮੈਂ ਹੋਰ ਦੱਸਦਾ ਇਹੀ ਪੱਪੀ ਨਾਮ ਦੇ ਪਿੱਛੇ ਪਹਿਲਾਂ ਮੈਨੂੰ ਸੀਬੋ ਬਹੁਤ ਕੁਛ ਬੋਲ ਕੇ ਗਈ ਹੈ ਤੂੰ ਮੇਰਾ ਸਾਲਾ ਨਾਲੇ ਕਹਿੰਦੀ ਪੱਪੀ ਦਬਾ ਮੈਨੂੰ ਭਾਈ ਕੀ ਹੈ ਪੱਪੀ ਉਹ ਕਤੂਰੇ ਦੀ ਗੱਲ ਕਰਦਾ ਯਾਰ ਮੇਰਾ ਸਾਲਾ ਮੈਂ ਗਲੇ ਤੋਂ ਮੈਂ ਕੀ ਕਰਾਉਣਾ ਗਲੇ ਤੋਂ ਕੱਜਰ ਦਿਆ ਬੌਲਿਆ ਓਹੋ ਓਏ ਤਾਂ ਬਹੁਤ ਵਧੀਆ ਚੀਜ਼ ਤੂੰ ਤਾਂ ਕਿਤੇ ਹੋਰ ਫਿਰਦਾ ਤੁਰਿਆ ਮੈਂ ਕਿਤੇ ਹੋਰ ਫਿਰਦਾ ਸੀ ਤੁਰਿਆ ਫਿਰ ਮੈਨੂੰ ਨਹੀਂ ਨਾ ਪਤਾ ਹੈਗਾ ਵੀ ਤੂੰ ਕੀ ਭਾਲਦਾ ਹੈ ਚੱਲ ਕੋਈ ਨਾ ਤਾਂ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਐਂ ਕਹਿਣਾ ਸੀ ਮੈਂ ਤਾਂ ਦੇਖ ਦਿੱਲੀ ਜਾਣਾ ਸੀ ਅੱਜ ਹੈ ਦਿੱਲੀ ਵਾਲਾ ਤਾਂ ਹੋ ਗਿਆ ਫਿਰ ਸਮਝ ਲੈ ਮੇਰਾ ਇਰਾਦਾ ਹੁਣ ਮੈਂ ਤੇਰੇ ਲਈ ਰਹੂੰਗਾ ਵੀ ਆਥਣ ਦਾ ਬੰਦੋਬਸਤ ਕਰੀਏ ਆਪਾਂ ਸਾਲੇ ਦਾ ਤਾਂ ਤਾਰੂ ਨੂੰ ਕਹਿੰਦਾ ਹੈਗਾ ਤਾਰੂ ਨੂੰ ਲੱਗੂ ਤੱਤ ਉਹੀ ਗੱਲ ਹੋਈ ਐਤਕੀ ਮੇਰੇ ਸਾਲੇ ਦਾ ਨਸਕਾਰ ਹੋ ਗਿਆ ਬਾਲਾ ਵੱਡਾ ਜੀਰੀ ਡੋਬ ਗਈ ਜੀਰੀ ਤਾਂ ਮੇਰੇ ਸਾਲ ਦੀ ਪਾਇਟ ਮਰਤੀ ਰਹੇਗੀ ਮੇਰੀ ਗੱਲ ਸੁਣ ਲੈ ਪਿਛਲੀ ਵਾਰ ਮੇਰੀ ਤੂੰ ਪੂਰੀ ਗੱਲ ਸੁਣ ਪਹਿਲਾਂ ਪਿਛਲੀ ਵਾਰ ਜਿਹੜੀ ਆਪਾਂ 105 ਬਾੜ ਕੱਢੀ ਆ ਉਹ ਤਾਂ ਐਤਕੀ ਅੱਧੇ ਰਹਿ ਗਈ ਐਤਕੀ ਤਾਂ ਪਾਇਟ ਤੇ ਵਸਾ ਗਈ ਆ ਗਈ ਠੇਕਾ ਗਲ ਪੈ ਗਿਆ 50,000 ਰੁਪਇਆ ਘਰੋਂ ਪੈ ਗਿਆ ਆਪਣਾ ਤਾਂ ਅਰਦੀ ਜੀਰੀ ਪਾ ਕੇ ਠੇਕੇ ਵਾਲੇ ਚ 50,000 ਘਰੋਂ ਪੈ ਗਿਆ ਕੀ ਕਰਾ ਮੰਨ ਲੈ ਤੂੰ ਤਾਂ ਦਾਰੂ ਪੀਣੀ ਛੱਡਤੀ ਦਾਰੂ ਵੀਰੇ ਸੜਦਾਰ ਪੀ ਨਹੀਂ ਕਿੱਥੇ ਹੁਣ ਤੈਨੂੰ ਦਾਰੂ ਤਾਂ ਮੈਂ ਲਿਆ ਤੂੰ ਖਸਮਾ ਕਿਉਂ ਰੋਨਾ ਕਿਉਂ ਪਿੱਟਦਾ ਹੈ
ਦਾਰੂ ਤਾਂ ਮੈਂ ਪਲਿਆ ਦੂ, ਮੈਂ ਕਹਿਣਾ ਵੀ ਫੜ ਲਿਆ, ਪੈਸੇ ਹੈਗੇ ਮੇਰੇ ਲਵੇ ਤਾਂ ਫਿਰ ਤਾਂ ਇਹ ਤਾਂ ਆਏ ਨਹੀਂ, ਆਏ ਨਹੀਂ, ਮੈਂ ਤਾਂ ਤੈਨੂੰ ਉਹੀ ਮੇਰਾ ਸਾਲਾ ਕਿਣੇ ਲੱਗ ਗਿਆ ਪਾਉਣਾ, ਆਏ ਹੋ ਗਿਆ ਜੀ ਉਹ ਹੋ ਗਿਆ ਤਾਂ ਕੋਈ ਨਾ ਅੰਦਰ ਦਾ ਰੱਬ ਬਥੇਰਾ ਲੰਘ ਜੂ, ਮੇਰੀ ਗੱਲ ਤਾਂ ਸੁਣਾ, ਇਹ ਤਾਂ ਚੱਲ ਪੀਤੀ ਜਾਊਗੀ, ਇੱਕ ਤਾਂ ਨਾ ਅੰਦਰ ਰਾਮਾ ਅੰਦਰ ਕਰੀ ਜਾਂਦਾ ਡੰਗਰ ਬੱਸੇ ਦਾ ਕੰਮ ਕਰੀ ਜਾਂਦਾ ਗਾ, ਉਹ ਕੋਈ ਗੱਲ ਨਹੀਂ, ਪਰ ਰਾਮੇ ਨੂੰ ਭੇਜਦਾ ਕਿ ਸਮਾਨ ਤਾਂ ਉਹ ਫੜ ਲਿਆਊਗਾ, ਪੈਸੇ ਫੜਾ ਦੀ ਤੂੰ, ਉਹ ਆਏ ਹੋ ਗਿਆ ਅੱਜ ਕੰਮ ਸਾਰੀ ਸਾਡੇ ਤੇ ਸੀਗਾ। ਅੱਛਾ ਉਹ ਆਪਣਾ ਜਿੰਦਰ ਤੇ ਇਹ ਸੰਦੀਪ ਤਾਂ ਗਏ ਹੋਏ ਨੇ ਪਟਿਆਲੇ ਕਬਾੜ ਚ। ਅੱਛਾ ਉਹ ਰਾਈਡੀ ਦੀ ਟ੍ਰੇਨ ਚ ਤੈਨੂੰ ਮੈਂ ਦੱਸਦਾ, ਉਹ ਮੇਰੇ ਸਲ ਦਾ ਨਲ ਤਾਂ ਨੁਕਸਾਨ ਹੋ ਗਿਆ ਮੇਰੇ ਤੋਂ। ਕੀ ਹੋ ਗਿਆ? ਉਹ ਪਾਣੀ ਦੇ ਭੁਲੇਖੇ ਮੇਰੇ ਤੋਂ ਤਾਂ ਡੱਕੇ ਹੋਏ ਤੋਂ ਦਾਰੂ ਪੈ ਗਈ ਉਹਦੇ ਰਾਈਡੀ ਰੇਟਰ ਜੇ ਤੇ। ਕੀ ਹੁੰਦਾ ਜੀ? ਉਹਨੂੰ ਅੱਗ ਲੱਗ ਗਈ ਗੱਜਰ ਦੇ ਨੂੰ, ਪਹਿਲਾਂ ਤਾਂ ਚੋਕ ਹੋ ਗਿਆ ਉਹ, ਅੱਗ ਲੱਗ ਗਈ ਤਾਂ ਫਫੂਕਾ ਨਿਕਲ ਗਿਆ, ਉਹ ਲੈਣ ਗਏ। ਇਹਨਾਂ ਨੂੰ ਤਾਂ ਨੀ ਪਤਾ ਗੱਲ ਦਾ ਵੀ ਗੱਲ ਕੀ ਬਣੀ, ਇਹਨਾਂ ਤਾਂ ਐਂ ਕਹਿੰਦਾ ਵੀ ਭਾਈ ਇਹ ਤਾਂ ਕੁਦਰਤੀ ਹੋ ਗਿਆ ਕੰਮ। ਅੱਛਾ ਹਾਂ ਤੂੰ ਉਰੇ ਬੈਠ, ਰਾਮੇ ਨੂੰ ਕੰਮ ਨਿਬੇੜ ਲੈਣ ਦੇ, ਫਿਰ ਆਪਾਂ ਚੱਲਦੇ ਆ ਖੇਤ ਬੰਦੇ। ਆਹੋ ਕੋਈ ਚੱਕਰ ਨੀ, ਮੈਂ ਤੈਨੂੰ ਐਂ ਕਹਿੰਦਾ ਸੀ ਵੀ ਕੰਮ ਮੇਰਾ ਚੱਲਦਾ ਵਧੀਆ ਕੁੱਤਿਆਂ ਕਾਤਿਆਂ ਵਾਲਾ, ਹੈ ਦੋ ਪੈਸੇ ਮੇਰੇ ਕੋਲ ਹੈਗੇ, ਮੈਂ ਗੁੰਜਾਇਸ਼ ਚ ਤੈਨੂੰ ਪਤਾ ਪਹਿਲਾਂ ਵੀ ਗੁੰਜਾਇਸ਼ ਕਰਦਾ। ਚਲੋ ਹਾਂ ਹਾਂ ਵੀ ਤੁਸੀਂ ਮੈਨੂੰ ਆ ਦੱਸੋ ਕਿਹੜੀ ਪੀਣੀ ਆ? ਨਾ ਕੋਈ ਜਿਹੜੀ ਪਲਾ ਦੇਗਾ, ਆਪਾਂ ਤਾਂ ਪੰਜਰੀ ਦਿੱਤੋ, ਆਪਾਂ ਤਾਂ ਕਦੇ ਪੰਜਰੀ ਦਿੱਤੋ, ਆਪਣੇ ਲਈ ਤਾਂ ਜੋ ਹੁੰਦਾ ਤੇ ਪੂਰੇ ਧਰੇ ਆ ਅੰਗਰੇਜ਼ੀ, ਜਿਹੜੀ ਮਰਜ਼ੀ ਲੈ ਆਇਓ ਕੋਈ ਗੱਲ ਨਹੀਂ, ਬੱਚ ਫਿਰ ਆ ਜਾਣ ਤੇ ਹੁਣ ਮੇਰਾ ਸਾਲਾ ਬਥੇਰਾ ਗੁੱਸਾ। ਨਾ ਨਾ ਇਹ ਜੀ ਗੱਲ ਨਹੀਂ, ਆਪਾਂ ਤੇ ਤੋਂ ਬਾਰੇ ਨਹੀਂ ਹੈਗੇ ਦਾਚਰਾ, ਤੇਰਾ ਅੱਬ ਦਾ ਘਰ ਆ ਦਿਨ ਰਾਤ ਆ ਤੂੰ ਜਿੱਦਾਂ ਮਰਜ਼ੀ ਰਹੇ ਉਰੇ। ਨਾ ਨਾ ਬਾਰੇ ਤਾਂ ਤੂੰ ਹੋ ਗਿਆ ਸੀਗਾ, ਆ ਇੱਕ ਮਿੰਟ ਪਹਿਲਾਂ ਤੂੰ ਬਾਹਰ ਹੀ ਸੀਗਾ ਮੇਰੇ ਤੋਂ। ਤੀਮੀਆਂ ਵੀ ਹੈਗੀਆਂ ਨੇ ਸੋਡੇ ਵਾਲੇ ਕੱਪ ਚ ਵੀ ਕੋਈ ਕੁੱਤੇ ਕਾਸੇ ਕੋਈ ਤੀਮੀਆਂ ਤਾਂ ਆ ਉੱਥੇ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਉੱਥੇ ਆਉਂਦੀਆਂ ਨੇ ਬਾਹਰਲੇ ਦੇਸ਼ੋਂ ਅੰਗਰੇਜ਼ਾਂ। ਅੰਗਰੇਜ਼ਾਂ? ਹਾਂ ਮਤਲਬ ਇਹ ਗਲਾ ਗਰੇਜਣਾ ਵੀ ਰੱਖਦੀਆਂ ਨੇ ਕਤੀੜ? ਹਾਂ ਬਹੁਤ ਰੱਖਦੇ ਨੇ ਕਤੀੜ। ਦੱਸਿਆ? ਹਾਂ ਫਿਰ ਮੈਂ ਤੈਨੂੰ ਹੋਰ ਕਹਿੰਦਾ ਸੀ, ਮੈਂ ਬਾਗ ਚੱਲਦਾ ਨਾਲ ਕਈ ਵਾਰ ਉੱਥੇ ਕੋਈ ਬੰਦੇ ਦੀ ਲੋੜ ਹੋਵੇ ਮੈਂ ਨਾਲ ਬਾਗ ਚੱਲਦਾ। ਮੈਂ ਤੇਰਾ ਉੱਥੇ ਕੋਈ ਕੰਮ ਨਹੀਂ ਹੈਗਾ, ਨਾ ਫਾਲਤੂ ਬੰਦੇ ਨੂੰ ਉੱਥੇ ਖੜਨ ਦੇਣ। ਅੱਛਾ ਉਹ ਤਾਂ ਬੰਦੇ ਨੂੰ ਅੱਖ ਦੇਖ ਕੇ ਦੱਸ ਦਿੰਦੇ। ਆਪਣੀ ਥਾਈ ਕੋਲੇ ਕੁੱਤੀ ਸੂਈ ਹੋਈ ਆ, ਮੈਂ ਦੋ ਝੋਲੇ ਜੋ ਪੜਨ ਅਗਲੇ ਨਾਲ ਚੱਕ ਲੈਣਾ ਹੈਗਾ, ਮੇਰੇ ਸਾਲੇ ਤੇ ਰੰਗ ਮਾਰ ਦਾਂਗੇ, ਡੱਬ ਖੜਬੇ ਕਰਕੇ ਲੈ ਜਾਣਿਆ। ਹਾਂ ਹਾਂ ਹੋਰ ਕਰਦਿਆ ਖੁਰਪੇਰਾ ਵਰਦ ਨੇ ਪੂਸਾ ਉਹਨਾਂ ਦੀ ਤਾਂ ਦੂਜੇ ਲੱਗਣਗੇ ਮੇਰੇ ਸਾਲੇ ਵੀ ਬਾਹਰੋਂ ਹੱਥ ਹੋ ਜਾਂਦੇ। ਹਾਂ ਕੋ ਨਸਲ ਜੀ ਹੈਗੀ ਆ ਉਹ ਪਤਾ ਨਹੀਂ ਕੀ ਨਾ ਬੋਲਦੇ ਨੇਗੇ, ਉਹ ਹੀ ਹੁੰਦੀ ਆ। ਹਾਂ ਹਾਂ ਔਰ ਹੁਣ ਆਈ 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 ਬਣਾ ਪਾਗਲ, ਤੈਨੂੰ ਪਤਾ ਮੇਰੇ ਵਰਗਾ ਦੋ ਕੌਡੀ ਦਾ ਬੰਦਾ ਨਹੀਂ ਤੈਨੂੰ ਗੱਲ ਕਰਨ ਦਿੰਦਾ ਉੱਥੇ, ਨਾਲੇ ਮੈਨੂੰ ਕੋਈ ਬਾਹਲੀ ਨੌਲੇਜ ਨਹੀਂ ਹੈਗੀ ਇਹ ਕੰਮ। ਚੱਲ ਕੋਈ ਨਾ ਉਹ ਤਾਂ ਐਸੀ ਚੱਲ ਨਾਲ ਸਾਰੀ ਹੁੰਦਾ, ਨਾਲੇ ਤੂੰ ਪਾਇਦਾ ਮੈਨੂੰ ਉੱਥੋਂ ਕਢਵਾਵੇਂਗਾ ਨਾਲੇ ਤੂੰ ਆਪ ਆਵੇਂਗਾ। ਰੁਪਈਆ ਖਾਸਾ ਇਹ ਕੰਮ ਚ? ਰੁਪਈਆ ਬਹੁਤ ਹੈ। ਅੱਛਾ ਜੀ ਬਹੁਤ ਰੁਪਈਆ ਜੀ ਬਹੁਤ, ਮੈਂ ਕੋਠੀ ਬਣਾ ਗਿਆ। ਲੈ ਕੋਠੀ ਤਾਂ ਮੇਰਾ ਸਾਲਾ ਪੈਦਾ ਹੀ ਪਾਈ ਹੋਈ ਹੈ ਤੇਰੀ, ਉਹ ਅੰਦਰ ਮੈਂ ਪੀਓਪੀ ਕਰਾ ਦਿੱਤੀ। ਉਹ ਰੀ ਮਾਰੀ ਜਾਂਦਾ ਜਬਾ ਇੱਟਾ ਦਾ ਕਾੜੂਆ ਜਿੰਨੀ ਤੂੰ ਲੁੱਟ ਕਰ ਲੈ, ਫਿਰ ਦੇਖੇ ਰੱਬ ਨੂੰ ਚੱਲੀਏ ਫਿਰ ਆਪਾਂ ਬਾਹਰ। ਹਾਂ ਦੇਖ ਫਿਰ ਪੈਸੇ ਨੂੰ ਭਾਈ ਫੜਾ ਦੇ ਤੂੰ। ਹਾਂ ਕੋਦ ਕੋ ਤੇ ਆਉਂਦੇ ਨੇ ਹੁਣ ਤਾਂ ਦਾਰੂ, ਆ ਜਾ ਫਿਰ ਕੋਈ ਦਾ ਹੋਰ ਆ ਜਾ ਹੁਣ ਦਾ। ਹਾਏ ਦਾਰੂ ਰੱਬ, ਹਾਏ ਦਾਰੂ ਹੋ ਰਹੀ ਹੈ, ਮਰ ਜਾਣਾ ਪਤਾ ਨਹੀਂ ਕਿੱਧਰ ਨਿਕਲਿਆ, ਮਾੜਾ ਜਿਹਾ ਪੈਰ ਕੀ ਲੋਟ ਹੋ ਗਿਆ, ਉਹੀ ਨਹੀਂ ਘਰੇ ਖੜਦਾ ਹੈਗਾ ਬੇੜੀ ਪੱਠੀਆ। ਨਹੀਂ ਮੰਮੀ ਮੈਂ ਹਾਂ ਆਂਡਿਆਂ ਵਾਸਤੇ 100 ਰੁਪਏ ਦੀ। ਕਿਆ 100 ਰੁਪਇਆ ਨਹੀਂ ਤੈਨੂੰ ਇੱਥੇ ਕਮਾਉਂਦਾ ਥੱਕੇਗਾ? ਲੈ ਦੇ ਦੇ ਫਿਰ ਕੀ ਹੋ ਗਿਆ ਮੇਰੇ ਕੋਲ ਤਾਂ। ਨਹੀਂ ਮੈਂ ਕਣਕ ਵੇਚ ਕੇ ਆਣਾ, ਕਣਕ ਵੇਚ ਕੇ ਆਣਾ ਤੇਰਾ ਬਾਈ ਜੇ ਬੜੇ ਤੇਰਾ ਕਣਕ ਵੇਚ ਬਚਾਵਾਂ ਤੈਨੂੰ, ਕਣਕ ਬਚਾਵਾਂ ਤੈਨੂੰ ਕਣਕ, ਹੈ ਮੈਂ ਆਂਡੇ ਖਾ ਕੇ ਆਣਨੇ ਖਵਾਵਾਂ ਤੈਨੂੰ ਆਂਡੇ, ਹੈਗਾ ਤੇਰਾ ਬੂਥਾ ਆਂਡੇ ਵਾਲਾ, ਮੈਨੂੰ ਇਹ ਦੱਸ ਪਹਿਲਾਂ ਕਣਕ ਨੂੰ ਨਾ ਕਹੀ ਇਸ ਤੋਂ ਬਾਅਦ ਮੂੰਹ ਕੁੱਟੂ ਤੇਰਾ ਮੈਂ। ਫਿਰ ਤੂੰ 100 ਰੁਪਏ ਦੇ ਦੇ। ਤੈਨੂੰ ਆਏ ਪਤਾ ਤੇਰਾ ਪਿਓ ਕਿੱਥੇ ਹੈਗਾ? ਪਤਾ ਨਹੀਂ ਵੇਚਿਆ ਨਹੀਂ, ਫਿਰ ਆ ਜਾਂਦਾ ਗਾ ਦਿੰਦਾ ਕਿਹੜਾ ਕਣਕ ਤੇ, ਪੈਸੇ ਦੇ ਦੇ ਕਦੇ ਇਹਨੂੰ ਕਣਕ ਦੇ ਦੇ। ਮੇਰੀ ਗੱਲ ਸੁਣ ਲਾ, ਮੇਰੇ ਕੋਲ ਤਾਂ 54 ਨਹੀਂ ਹੈਗੀ, ਨਾਲੇ ਮੈਂ ਦੁਕਾਨ ਵਾਲੇ ਨੂੰ ਕਹਿ ਕੇ ਆਊ ਵੀ ਨਾ ਇਹਨੂੰ ਦਾਰ ਚੀਜ਼ ਦੇਈ ਨਾ ਇਹ ਤੋਂ ਕਣਕ ਲਈ, ਰੁੜ ਜਾਣਾ ਨਾ ਤਪਾ ਲਈ, ਐਡਾ ਬਿੱਲ ਬਣਾਇਆ ਉਹਨਾਂ ਦੁਕਾਨ ਵਾਲੇ ਦਾ। ਫਿਰ ਠੰਡ ਆ ਰਹੀ ਹੈ ਕਿ ਮੈਂ ਆਂਡੇ ਖਾ ਲੂੰਗਾ? ਠੰਡ ਤੈਨੂੰ ਹੀ ਲੱਗਦੀ ਹੈ ਇਕੱਲੇ ਨੂੰ, ਮੈਨੂੰ ਤਾਂ ਲੱਗਦੀ ਨਹੀਂ। ਫਿਰ ਮੈਨੂੰ ਪਾਪਾ ਦੱਸ ਦੇ ਕਿੱਥੇ, ਮੈਂ ਪਾਪੇ ਨੂੰ ਲੈ ਲੂੰ ਪੈਸੇ।
ਮੈਨੂੰ ਕੀ ਪਤਾ ਪਾਪੇ ਦਾ, ਪਾਪਾ ਕਿੱਥੇ ਬਿੰਦੂ ਕੇ ਪਿੱਛੋਂ ਆ ਜਾਂਦਾ ਗਾ। ਕੋਈ ਨਾ ਫਿਰ ਨਾ ਦੇ ਪੈਸੇ, ਕੀ ਕਰੇਗਾ ਫਿਰ ਨਾ ਦਿੱਤੇ ਤਾਂ ਫਿਰ। ਮੈਨੂੰ ਪਤਾ ਭਾਪੇ ਦੇ ਬਟੂਏ ਚੋ ਕੱਢਦੀ ਹੁੰਦੀ ਆ ਚੋਰ, ਮੈਂ ਦੱਸੂਗਾ ਭਾਪੇ ਬੇੜਾ ਰੁੜ ਜਾਣਾ। ਹੁਣ ਤੂੰ ਮੇਰੇ ਸਾਹਮਣੇ ਕਹਿੰਦਾ ਕੱਲ ਨੂੰ ਕਿਸੇ ਹੋਰ ਸਾਹਮਣੇ ਕਹੇਗਾ, ਤੇਰੇ ਪਿਓ ਨੂੰ ਕਹੇਗਾ ਕੰਜਰ ਨੂੰ। ਪਰ ਕੱਢਦੀ ਨਾ ਹੈਗੀ ਆਂਗੀ। ਕਿਦਾਂ ਕੱਢੇ ਨੇ ਤੂੰ? ਕਣਕ ਦਿੰਦੀ ਨੀ? ਨਾ ਕੋਈ ਨਾ ਕੋਈ ਦਿੰਦੀ ਬੇੜੀ ਬੈਠੇ ਰੱਖ, ਮੈਂ ਭੌਂਕਦਾ ਘਰੇ ਨਹੀਂ ਆਉਂਦਾ ਹੈਗਾ ਮੈਂ ਹੁਣ। ਦਫਾ ਹੋ ਜਾ ਚੰਗਾ, ਇਹ ਨੀ ਲੋਟ ਆਉਂਦਾ ਲੈ ਟਿੱਡਾ ਜਾ ਮੈਥੋਂ, ਨਾ ਉਹਨੂੰ ਕੰਜਰ ਨੂੰ ਸ਼ਰਮ ਹੈ ਮਾੜੀ ਮੋਟੀ ਵੀ ਘਰੇ ਵੜ ਜਾ ਮੈਂ। ਉਧਰੋਂ ਆ ਚਮੜਾ ਰੱਖਿਆ ਦੁਕਾਨ ਵਾਲੇ ਨੇ, ਐਡਾ ਲਾਂਭਾ ਦਿੱਤਾ ਕਹਿੰਦਾ ਪੈਸੇ ਬਣੇ ਪਏ ਨੇ, ਮੈਂ ਕਿਹਦੇ ਕਿਹਦੇ ਦੇਵਾਂ ਸਿਆਪਾ ਇਹਨਾਂ ਦਾ। ਬੇੜੀ ਬੈਠੀ ਰੱਖ, ਮੈਂ ਭੌਂਕਦਾ ਜਾਂਦਾ ਗਾ। ਰਮੇ ਖੜਕਾ ਮੜਾ ਆ, ਦੇਖ ਲਾ ਉਈ ਰਲੇ ਲਿਖੇ ਦੀ ਗੱਲ ਹੁੰਦੀ ਆ ਜਿਵੇਂ, ਕਿੱਧਰੋਂ ਇਹ ਬੰਦਾ ਆ ਗਿਆ, ਕਿੱਧਰ ਗਿਆ ਤੀ, ਕਿਵੇਂ ਆ ਗਿਆ, ਕੋਈ ਸਮਝ ਨਹੀਂ ਆਉਂਦੀ। ਖਰਾ ਸਾਰਾ ਮਸਲਾ ਮੋਹ ਪਿਆਰ ਦਾ ਰਾਮੇ, ਮੈਨੂੰ ਮੋਹ ਪਿਆਰ ਤੁਹਾਡਾ ਮਾਰ ਜਾਂਦਾ ਵੀਰੇ। ਲੋਕਾਂ ਦਾ ਹੋਊਗਾ ਮੋਹ ਪਿਆਰ ਦਾ, ਆਪਣਾ ਤਾਂ ਦਾਰੂ ਦਾ ਹੈ। ਮਸਲਾ ਦਾਰੂ ਦਾ ਆਪਣਾ ਤਾਂ, ਸਾਰਾ ਮਸਲਾ ਦਾਰੂ ਦਾ। ਸਮਝ ਇੱਕ ਗੱਲ ਹੈ, ਪਹਿਲਾਂ ਤਾਂ ਇਹ ਮੇਰਾ ਸਾਰਾ ਡਿਪਕਦਾ ਹੀ ਫਿਰਦਾ ਹੁੰਦਾ ਸੀ ਟੁੱਕ ਟੇਰ ਦੀ, ਕੁੱਤਿਆਂ ਨੇ ਜ਼ਿੰਦਗੀ ਬਣਾ ਦਿੱਤੀ ਪੀਂਦਾ ਅੰਗਰੇਜ਼ੀ ਦਾਰੂ। ਵਧੀਆ ਕੰਮ ਗੰਜਾਇਸ਼ ਆ, ਹੁਣ ਤਾਂ ਇਹ ਬਹੁਤ ਰੁਪਈਏ ਕਮਾਉਂਦਾ ਹੈ। ਹੁਣ ਤਾਂ ਗੰਜਰ ਦਾ ਤਾਂ ਦਿੱਲੀ ਤੱਕ ਲਿੰਕ ਬੜਾ ਹੀ ਪਿਆ ਗਾ। ਐਂ ਓਏ ਲਿੰਕ ਬਹੁਤ ਬੜਾ ਗਿਆ ਗੰਜਰ ਦਾ। ਦਿੱਲੀ ਕੀ ਹੈ ਕੱਟਿਆ ਫਫੜਾ? ਜੇ ਮੈਂ ਅੱਜ ਇੱਥੇ ਨਾ ਆਉਂਦਾ ਰਾਮੇ, ਤਾਂ ਮੈਂ ਦਿੱਲੀ ਹੋਟਲ ਦੇ ਵਿੱਚ ਪਿਆ ਹੁੰਦਾ ਵੀਰੇ। ਇਹਦੇ ਕੋਲ ਨਾ ਇਹ ਨਹੀਂ ਪਤਾ ਤੜਕੇ ਤਿਆਰ ਹੋਏ ਤੇਰੇ ਭਾਈ ਮੈਂ ਜਾਣਾ। ਮੈਂ ਵੀ ਕਿਵੇਂ ਹੋਟਲ 'ਚ ਕਿਵੇਂ ਹੋਟਲ ਦਿੰਦੇ ਨੇ ਉਹ ਸਾਨੂੰ ਕੰਪਨੀ ਵਾਲੇ, ਅਸਲ ਨਾਲ ਹੋ ਰਹਾ ਵੀ ਉਹ ਖਾਣ ਪੀਣ ਨੂੰ ਵੀ ਸਮਾਨ। ਹੋਟਲ 'ਚ ਟੋਬਾ ਵੀ ਬਣਿਆ ਹੁੰਦਾ ਹੈ ਨਹਾਉਣ ਵਾਸਤੇ, ਖਾਸ ਹੋ ਹੋਣ ਲੱਗੇ ਟੋਬੇ ਦਾ ਐਡਾ ਪਾਣੀ ਸਾਫ਼ ਹੁੰਦਾ ਨਾ, ਗੱਲਾਂ ਹੀ ਛੱਡਦੇ ਨਾ ਵੀ ਉਹ ਕਿਵੇਂ ਆਪਣਾ ਇਹਦੇ ਵਾਸਤੇ। ਉਹ ਤਾਂ ਵੀ ਜਿਵੇਂ ਆਪਾਂ ਹੁਣ ਟੋਬੇ ਕਦੀ ਜਾ ਕੇ ਵੀ ਜਿਵੇਂ ਆਪਣੇ ਸੂਆ ਹੁੰਦਾ ਗਾ ਉਵੇਂ। ਓਏ ਉਹ ਨਹੀਂ ਯਾਰ, ਤੂੰ ਹੈ ਨਲਾਇਕ, ਉਹਦਾ ਟੱਪ ਜਿਹਾ ਬਣਿਆ ਹੁੰਦਾ ਵਿੱਚ ਸਰਫ ਘੋਲ ਕੇ ਸੁੱਟ ਦਿੰਦੇ ਨੇ, ਝੱਗ ਬਣ ਜਾਂਦੀ ਵਿੱਚ ਬੰਦਾ ਬੈਠਾ ਹੋਇਆ, ਵੱਡੀ ਸਾਰੀ ਖੇਲ ਜੀ ਬਣੀ ਹੁੰਦੀ ਆ। ਅੱਛਾ ਉਹ ਤਾਂ ਮੇਰੇ ਸਾਲੋ ਤੀਵੀਆਂ ਵੀ ਨਾ ਉਹਦੇ ਹੁਣੇ ਤਾਂ ਖਾਧੀ ਪੀਤੀ ਲੱਥਣ ਵਾਲਾ ਕੰਮ ਕਰਤਾ। ਇਹ ਤਾਂ ਪੇਗਾ ਪਿਆ, ਇਮਾਨਦਾਰੀ ਨਾਲ ਦੱਸੀ ਕਿ ਮੇਰਾ ਪਾਇਆ। ਤੂੰ ਪੀ ਲੈ ਜਿਹੜੇ ਹਿਸਾਬ ਨਾਲ ਕਵਾਂਟਿਟੀ ਹੈ ਪੇਗਦੇ ਨੇ ਆਪਦਾ ਪਾਇਆ। ਪਾਰਟੀਆਂ 'ਚ ਵਧੀਆ ਕਰੀਏ, ਦੇਖ ਲੈ ਪਹਿਲਾਂ ਅੰਗਰੇਜ਼ੀ ਜੀ ਲਿਆ ਫੜ ਕੇ, ਫਿਰ ਇੱਕ ਬੋਤਲ ਪਤਾ ਨਹੀਂ ਕਿਹਦੋਂ ਲਿਆ, ਕਿਹਦੋਂ ਫੜ ਕੇ ਫਿਰ ਰੂੜੀ ਬਾਰ ਕੇ ਜਿੱਥੋਂ ਮਰਜ਼ੀ ਲੈ ਆਵਾਂ ਤੁਸੀਂ ਪੀਣ ਤੱਕ ਧਰਦੇ ਉਰੋਂ ਲੈ ਰੂੜੀ ਬਾਰ ਕੇ ਵੀ ਫੜ ਲਏ ਕਿਸੇ ਤੋਂ, ਪਤਾ ਨਹੀਂ ਲੈੜੀ ਲੂੜੀ ਸੀ ਕਿਸੇ ਲਿੰਕ ਨੇ ਬਾਈ ਕੁੱਤਿਆਂ ਨੇ ਬੰਦਿਆਂ ਤੋਂ ਲਿੰਕ ਬਣੇ ਨੀ, ਕੁੱਤਿਆਂ ਨੇ ਇਹਦੇ ਲਿੰਕ ਬਣਾਤੇ। ਵਾ ਗੱਲ ਤੇ ਯਾਰ, ਹੁਣ ਮੈਂ ਕਹਿੰਦਾ ਸੀ ਚੱਲੀ ਆਪਾਂ ਘਰੇ, ਮੈਂ ਸੰਦੀਪ ਉਰੀ ਆ ਗਏ ਹੁਣ ਰੈਡੀਏਟਰ ਦੇਖ ਰਹੇ ਵੀ ਕਿਵੇਂ ਲਿਆਂਦਾ ਕਿਵੇਂ ਨਾ। ਰੈਡੀਏਟਰ ਦੀ ਗੱਲ ਤੂੰ ਹਰੇਕ ਨੂੰ ਦੱਸਿਆ ਕਰ, ਤੇਰੇ ਘੁੱਟ ਪੈ ਜੂ ਰੈਡੀਏਟਰ ਕਰਕੇ। ਇਹ ਤਾਂ ਤੂੰ ਚੰਗਾ ਮਨ ਸੀਰੀ ਵੀ ਤੂੰ ਉਹਨੂੰ ਦੱਬੀ ਫਿਰਦਾ ਵੀ ਚੱਲ ਉਹਨੂੰ ਪਤਾ ਗੱਲ ਦਾ, ਰੇਡੀਏਟਰ ਦਾ ਤਾਂ ਕੰਮ ਖਰਾਬ ਕਰਦਾ ਦਾਰੂ ਪਾਤੀ ਨਹੀਂ, ਤੂੰ ਹਰੇਕ ਨੂੰ ਨਾ ਦੱਸਿਆ ਕਰ ਕਿਸੇ ਨੇ ਜਵਾਕ ਦੇ ਕੰਨ 'ਚ ਚੌਥੀ ਗੱਲ ਵੀ ਫਿਰ ਕੱਲ੍ਹ ਕੱਲ੍ਹ ਨੂੰ ਨੇਮਾ ਧਰਮਾਂ 'ਤੇ ਹੋਊ ਗੱਲ ਨਾ ਨਾ ਪਤਾ ਕਾਨੂੰਨ।
ਵਧਾਵਾਂ ਵੀ ਮੈਂ ਚਲਾ ਕੇ ਹੁਣ ਗੱਲ ਹੋ ਵੀ ਸਕਦੀ ਆ। ਇੱਕ ਤੁਸੀਂ ਹੈ ਕਿਹੋ ਚੰਗਾ ਵੀ ਕਰਨੈਲ ਤਾਂ ਪੀਂਦਾ ਨਹੀਂ ਸੀ ਦਾਰੂ, ਅਸੀਂ ਨੇ ਭਾਈ ਸੌ ਖਵਾ ਕੇ ਧੱਕੇ ਨਾਲ ਪਲਿਆ ਸੀ ਇਹਨੂੰ। ਮੈਂ ਕਹੂੰਗਾ ਵੀ ਕੱਟੇ ਨੇ ਧੱਕੇ ਨਾਲ ਪਈ ਆ, ਕੱਟਾ ਕਹਿੰਦਾ ਨਹੀਂ ਮੈਂ ਦਾਰੂ ਉੱਤੇ ਡੋਲੂ ਬਾਈ ਪੀ। ਐ ਗੱਲ ਤੇਰੀ ਜਾਨ ਨਿਕਲਣ ਵਾਲੀ ਹੋ ਗਈ ਸੀ ਵੀ ਡੋਲੀ ਨਾ ਮੈਂ ਪੀ ਲੂੰਗਾ ਵੀ ਮੈਂ ਮੈਂ ਕਹਿੰਦਾ ਜਿਵੇਂ ਪਤਾ ਪੀਂਦੇ ਨੀ ਹੈਗੇ ਹੁਣ। ਹਾਂ ਸਿੱਧਾ ਰੋਡ ਰੋਡ ਪੈ ਜਾ ਪਾਤਲਾ ਨੂੰ ਦੜਪੇ ਨੂੰ ਹੋ ਜਾ ਵਗ ਜਾ ਮੈਂ ਹੋਰ ਵਧੀਆ ਰਹੇਗਾ ਬਾਈ। ਨਹੀਂ ਜਾਣਾ ਬਸ ਜੇ ਕੋਈ ਜ਼ਰੂਰੀ ਆ ਸਾਡੇ ਘਰ ਤਾਂ ਰੋਟੀ ਖਾ ਕੇ ਪੈ ਜੀ ਸਾਨੂੰ ਤਾਂ ਕੀ ਹੋਇਆ ਕਾਨ ਹੋ ਫਾਇਦਾ ਨੀ ਸਾਰੀ ਰਾਤ ਬੇਰਾਮੀ ਚ ਲੰਘ ਜੂਗੀ ਇੜੂਰੀ ਰੱਖਣਾ ਤੜਕੇ ਨੂੰ ਸੁਨੇਹਾ ਚਾੜ ਦਾਂਗੇ। ਹਾਂ ਲਾ ਫਿਰ ਜਿੱਦੇ ਗੁੱਡੇ ਚੱਲੀ ਹੈ ਵੇਖਦਾ ਹੁਣ ਸਾਂਭਦੇ ਉੱਤੇ ਕੀ ਰਹਿ ਗਏ ਇੱਕ ਪੇਗ ਰਹਿ ਗਿਆ ਇਹ ਚ ਹੋ ਵੀ ਰਿਹਾ ਸਾਲ ਪਿਆ ਕੁਛ ਹੋਰ ਕੁਛ ਨੀ ਇਹ ਤਾਂ ਚੱਲ।